ਹੌਸਲਾ ਅਫਜ਼ਾਈ ਉਹਨਾਂ ਨੂੰ ਮੋਟੀਵੇਟ ਕਰਨ ਲਈ ਪਹੁੰਚੇ ਸੀਗੇ, ਉਵੇਂ ਅੱਜ ਚੰਡੀਗੜ੍ਹ ਸ਼ਹਿਰ ਦੇ ਵਿੱਚ ਵੀ ਬਹੁਤ ਸਾਰੇ ਸਰਪ੍ਰਾਈਜ਼ ਤੁਹਾਡੇ ਲਈ ਹੈਗੇ ਨੇ, ਬਹੁਤ ਸਾਰੇ ਸੈਲੀਬ੍ਰਿਟੀ ਗੈਸਟ ਤੁਹਾਨੂੰ ਮੋਟੀਵੇਟ ਕਰਨ ਲਈ, ਤੁਹਾਨੂੰ ਹੌਸਲਾ ਵਧਾਉਣ ਲਈ ਪਹੁੰਚਣਗੇ। ਸੋ ਸਭ ਤੋਂ ਪਹਿਲਾਂ ਗੈਸਟ ਅਸੀਂ ਉਹ ਬੁਲਾਉਣ ਜਾ ਰਹੇ ਹਾਂ ਜਿਹੜੇ ਸਾਡੇ ਆਵਾਜ਼ ਪੰਜਾਬ ਦੀ ਸੀਜ਼ਨ ਪਹਿਲੇ ਦੇ ਫਾਈਨਲਿਸਟ ਸੀਗੇ, ਮੁਹੰਮਦ ਇਰਸ਼ਾਦ, ਜੋ ਤੁਹਾਨੂੰ ਮੋਟੀਵੇਟ ਕਰਨ ਆਉਣਗੇ, ਤੁਹਾਨੂੰ ਹੌਸਲਾ ਅਫਜ਼ਾਈ ਕਰਨ ਆਉਣਗੇ। ਸੋ ਬਹੁਤ ਪਿਆਰੀ ਆਵਾਜ਼ ਮੁਹੰਮਦ ਇਰਸ਼ਾਦ, ਆ ਜਾਓ ਜੀ, ਜ਼ੋਰਦਾਰ ਤਾੜੀਆਂ ਬਾਈ ਲਈ ਮੁਹੰਮਦ ਇਰਸ਼ਾਦ ਭਾਅ ਜੀ ਤੁਹਾਡੇ ਵਿੱਚ। ਸਭ ਤੋਂ ਪਹਿਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਕਾਇਮ ਹੋ ਜੀ? ਬਹੁਤ ਲੰਬੀ ਲਾਈਨ ਲੱਗੀ ਸੀ ਦੋਸਤੋ, ਧੁੱਪ ਵੀ ਬਹੁਤ ਸੀ, ਮੈਂ ਪਿੱਛੇ ਖੜ੍ਹਾ ਸੀ, MHOR ਚੈਨਲ ਦੀ ਟੀਮ ਵਿੱਚ ਫਿਰ ਰਹੀ ਸੀ, ਸੁਣ ਰਹੀ ਸੀ ਕਿ ਕਿਹੜੇ ਕਿਹੜੇ ਕਿੱਦਾਂ ਦੇ ਗਾਉਂਦੇ ਨੇ ਮੁੰਡੇ, ਫਿਰ ਉਹਨਾਂ ਨੂੰ ਅੱਗੇ ਲੈ ਕੇ ਜਾ ਰਹੀ ਸੀ, ਜਦੋਂ ਮੈਨੂੰ ਸੁਣਿਆ ਉਹ ਨਹੀਂ, ਫਿਰ ਅੱਗੇ ਲੈ ਕੇ, ਇਰਸ਼ਾਦ ਜੀ ਤੁਸੀਂ ਅੱਗੇ ਆਓ। ਫਸਟ ਆਡੀਸ਼ਨ ਕਲੀਅਰ ਹੋਇਆ, ਫਿਰ ਸੈਕਿੰਡ ਆਡੀਸ਼ਨ ਲਈ ਜਦੋਂ ਗੁਰੂਜਨ ਲੋਕ, ਮਹਾਂਗੁਰੂ ਲੋਕ ਬੈਠੇ ਸੀ, ਫਿਰ ਉੱਥੇ ਸੈਕਿੰਡ ਆਡੀਸ਼ਨ ਉਹ ਕਲੀਅਰ ਕੀਤਾ। ਇਹ ਤੁਹਾਡੀਆਂ ਦੁਆਵਾਂ ਸਦਕਾ ਰੱਬ ਨੇ ਕਰਮ ਕੀਤਾ। ਮੈਂ ਸਭ ਲਈ ਦੁਆ ਕਰਦਾ ਕਿ ਰੱਬ ਤੁਹਾਡੇ ਦੇ ਵੀ ਇਸੇ ਤਰ੍ਹਾਂ ਕਰਮ ਕਰੇ, ਮਿਹਰ ਕਰੇ, ਛਾ ਜਾਓ। ਸਾਡੇ ਨਾਲ ਲਾ ਕੇ ਦਿਲ ਤੋੜ ਗਏ ਸੋਹਣੇ, ਸਾਡੇ ਨਾਲ ਲਾ ਕੇ ਦਿਲ ਤੋੜ ਗਏ ਸੋਹਣੇ, ਪਾ ਕੇ ਅੱਖਾਂ ਵਿੱਚ ਅੱਖਾਂ, ਪਾ ਕੇ ਅੱਖਾਂ ਵਿੱਚ ਅੱਖਾਂ, ਮੋੜ ਗਏ ਸੋਹਣੇ। ਓਕੇ ਦੋਸਤੋ, ਬੈਸਟ ਆਫ ਲੱਕ।